ਲੋਜੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ 16 April ਯਾਨੀ ਕਿ ਅੱਜ ਆਪਣਾ ਪਹਿਲਾ ਮਹੀਨਾ ਮੁਕੰਮਲ ਕਰ ਲਿਆ ਇਸ ਦੇ ਨਾਲ ਹੀ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਦਾ ਕਿ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਮਾਨ ਸਰਕਾਰ ਨੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕਰ ਦਿੱਤਾ ਹੈ ਮਿਹਰ ਇੱਕ ਜੁਲਾਈ ਤੋਂ ਸੂਬੇ ਦੇ ਸਾਰੇ ਘਰਾਂ ਨੂੰ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਸਰਕਾਰ ਨੇ ਆਪਣਾ ਇੱਕ ਮਹੀਨੇ ਦਾ ਰਿਪੋਰਟ ਕਾਰਡ ਵੀ ਪੇਸ਼ ਕਰ ਦਿੱਤਾ ਹੈ ਅੱਜ ਸਭ ਤੋਂ ਵੱਡੀ ਖੁਸ਼ਖਬਰੀ ਜਿਹੜੀ ਮੈਂ ਪੰਜਾਬੀਆਂ ਨੂੰ ਦੇਣ ਲੱਗਿਆ ਕਿ 1 ਜੁਲਾਈ 2022 ਤੋਂ ਜੀ ਹਾਂ 1 ਜੁਲਾਈ 2022 ਤੋਂ ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਿਟ ਪਰ ਮੰਥ ਜਨਨ ਕਿ 300 ਯੂਨਿਟ ਇੱਕ ਮਹੀਨੇ ਦੀ ਫ੍ਰੀ ਬਿਜਲੀ ਮਿਲੇਗੀ ਤੇ 2 ਮਹੀਨੇ ਦਾ 600 ਯੂਨਟ ਹੋ ਗਿਆ ਜਿਹੜੇ ਐਸਸੀ ਪਰਿਵਾਰ ਨੇ ਬੀਸੀ ਪਰਿਵਾਰ ਨੇ ਬੀਪੀਐਲ ਪਰਿਵਾਰ ਨੇ ਜਾਂ ਫਰੀडम फाइਟਰ ਨੇ ਉਹਨਾਂ ਨੂੰ ਪਹਿਲਾਂ 200 ਯੂਨਟ ਜਿਹੜਾ ਉਹ ਫ੍ਰੀ ਮਿਲਦੇ ਸੀ ਹੁਣ ਉਹਨਾਂ ਨੂੰ ਵੀ 300 ਯੂਨਟ ਪਰ ਮੰਥ ਬਿਜਲੀ ਮਿਲੂਗੀ ਜੇ ਉਹ 2 ਮਹੀਨਿਆਂ ਦੇ ਵਿੱਚ 600 ਤੋਂ ਉੱਪਰ ਬਿਜਲੀ ਇਸਤੇਮਾਲ ਕਰਦੇ ਨੇ ਮਰਜ਼ ਕਰ ਲੋ 640 ਯੂਨਿਟ ਉਹਨਾਂ ਦੀ 2 ਮਹੀਨਿਆਂ ਦੇ ਵਿੱਚ ਬਿਜਲੀ ਇਸਤੇਮਾਲ ਹੋ ਗਈ ਜਾਂ 645 ਯੂਨਿਟ ਇਸਤੇਮਾਲ ਹੋ ਗਈ ਤਾਂ ਉਹਨਾਂ ਨੂੰ ਸਿਰਫ 40 ਜਾਂ 45 600 ਤੋਂ ਉੱਪਰ ਜਿੰਨੇ ਵੀ ਨੇ ਉਹਨਾਂ ਦਾ ਹੀ ਬਿੱਲ ਦੇਣਾ ਪਊਗਾ ਤੇ ਬਾਕੀ ਜਿਹੜੇ ਸਰਦੇਪੁਰ ਦੇ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਮੈਂ ਕਰਦਾ 600 ਯੂਨਿਟ ਉਹਨਾਂ ਨੂੰ ਵੀ ਮਿਲੂਗਾ ਪਰ ਉਹ ਜੇ ਬਿਜਲੀ ਬਚਾ ਲੈਣ ਤਾਂ ਉਹਨਾਂ ਨੂੰ ਵੀ 600 ਯੂਨਿਟ ਤੋਂ ਉੱਪਰ ਜੇ ਨਹੀਂ ਬਿਜਲੀ ਇਸਤੇਮਾਲ ਹੁੰਦੀ ਤਾਂ ਕੋਈ ਬਿੱਲ ਨਹੀਂ ਆਊਗਾ ਪਰ ਜੇ ਉਹ 600 ਯੂਨਿਟ ਤੋਂ ਵੱਧ ਇਸਤੇਮਾਲ ਕਰਨਗੇ ਤਾ ਫਿਰ ਪੂਰਾ ਬਿੱਲ ਆਊ। ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਹੈ। ਜਿੰਨਾ ਪਰਿਵਾਰਾਂ ਕੋਲ 2 ਕਿਲੋਵਾਟ ਦਾ ਲੋਡ ਹੈ। ਬਿਜਲੀ ਦਾ। ਉਹਨਾਂ ਸਾਰੇ ਪਰਿਵਾਰਾਂ ਦਾ 31 ਦਸੰਬਰ 2021 ਤੱਕ ਦਾ ਪੁਰਾਣਾ ਸਾਰਾ ਬਕਾਇਆ ਬਿੱਲ ਜਿਹੜਾ ਉਹ ਪੰਜਾਬ ਸਰਕਾਰ ਮਾਫ ਕਰਦੀ ਹੈ। ਕਈ ਥਾਂ ਮੇਂ ਵਾਹ ਫਲਾਈਂ ਜਾ ਰਹੀਆਂ ਨੇ। ਉਹਨਾਂ 'ਚ ਕੋਈ ਸੱਚ ਨਹੀਂ। ਜਿਹੜੀ ਕਿਸਾਨਾਂ ਨੂੰ ਖੇਤੀ ਵਾਸਤੇ ਬਿਜਲੀ ਮਿਲਦੀ ਹੈ ਸਬਸਿਡੀ ਉਹ ਬਿਲਕੁਲ ਉਸੇ ਤਰ੍ਹਾਂ ਚੱਲੀ ਰਹੂਗੀ। ਤੇ ਜਿਹੜੀ ਕਮਰਸ਼ੀਅਲ ਤੇ ਉਦਯੋਗਿਕ ਇੰਡਸਟਰੀਅਲ ਤੇ ਕਮਰਸ਼ੀਅਲ ਜਿਹੜੀ ਬਿਜਲੀ ਇਸਤੇਮਾਲ ਹੁੰਦੀ ਹੈ ਉਹਦੇ ਰੇਟਾਂ 'ਚ ਕੋਈ ਵਾਧਾ ਨਹੀਂ ਕੀਤਾ ਜਾਊਗਾ ਸੋ ਸਾਡੀ ਜਿਹੜੀ ਸਕੀਮ ਹੈ ਸਾਡਾ ਜਿਹੜਾ ਮਨ ਦੇ ਵਿੱਚ ਸਾਡੇ ਜਿਹੜੇ ਅੱਗੇ ਆਉਣ ਵਾਲੇ ਭਵਿੱਖ ਬਾਰੇ ਯੋਜਨਾਵਾਂ ਨੇ ਉਹਦੇ ਵਿੱਚ ਇਹ ਹੈ ਕਿ ਅਸੀਂ 2-3 ਸਾਲਾਂ ਦੇ ਵਿੱਚ ਪੰਜਾਬ ਨੂੰ ਹਰ ਪਿੰਡ ਨੂੰ ਹਰ ਕਸਬੇ ਨੂੰ 24 ਘੰਟੇ ਬਿਜਲੀ ਦੇਵਾਂਗੇ ਤੇ ਸਭ ਤੋਂ ਵੱਧ ਸਸਤੀ ਬਿਜਲੀ ਭਾਵੇਂ ਉਹ ਇੰਡਸਟਰੀਅਲ ਹੋਵੇ ਭਾਵੇਂ ਕਮਰਸ਼ੀਅਲ ਹੋਵੇ ਭਾਵੇਂ ਘਰੇਲੂ ਹੋਵੇ ਉਹ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਸਸਤੀ ਬਿਜਲੀ ਜਿਹੜੀ ਹੈ ਉਹ ਪੰਜਾਬ 'ਚ ਹੋਊਗੀ ਇਹਨੂੰ ਅਸੀਂ ਜਲਦੀ ਲਾਗੂ ਕਰ ਦਿਆਂਗੇ ਹੁਣ ਤੁਹਾਨੂੰ ਦੱਸ ਦਿਆਂ ਸਰਕਾਰ ਦੇ ਇਸ ਐਲਾਨ ਦੇ ਨਾਲ ਕੀ ਚੇਂਜ ਆਉਣ ਵਾਲਾ ਹੈ ਸਵੇਰੇ ਦੇ ਕਰੀਬ 77.80 ਲੱਖ ਘਰੇਲੂ ਖਪਤਕਾਰਾਂ 'ਚੋਂ 64.25 ਲੱਖ ਦੇ ਕਰੀਬ ਅਜਿਹੇ ਖਪਤਕਾਰਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਦੀ ਬਿਜਲੀ ਦੀ ਖਪਤ 300 ਯੂਨਿਟ ਤੱਕ ਹੈ ਪੀਐਸਪੀਸੀਐਲ ਦੇ ਅਧਿਕਾਰੀਆਂ ਨੇ ਇਹ ਵੀ ਕਹਿ ਦਿੱਤੇ ਕਿ ਜੇਕਰ ਸਰਕਾਰ ਉਹਨਾਂ ਖਪਤਕਾਰਾਂ ਨੂੰ ਮੁਫਤ ਬਿਜਲੀ ਦੇਣ ਦਾ ਫੈਸਲਾ ਕਰ ਲੈਂਦੀ ਹੈ ਤਾਂ ਉਹਨਾਂ ਦੀ ਖਪਤ ਪ੍ਰਤੀ ਮਹੀਨਾ 300 ਯੂਨਿਟ ਤਾਕਤ ਪ੍ਰਤੀ ਸਾਲ ਕੁੱਲ ਸਬਸਿਡੀ ਦਾ ਬੋਝ 55100 ਕਰੋੜ ਰੁਪਏ ਹੋਵੇਗਾ ਹਾਲਾਂਕਿ ਇਹ ਸਬਸਿਡੀ ਦੀ ਗੱਣਾ ਉਪਭੋਗਤਾਵਾਂ ਦੇ ਇਤਿਹਾਸਿਕ ਕੰਕੜੀਆਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ ਕਿ ਉਹ ਪਿਛਲੇ ਸਮੇਂ ਵਿੱਚ ਬਿਜਲੀ ਦੀ ਖਪਤ ਕਿਵੇਂ ਕਰਦੇ ਰਹੇ ਨੇ ਇਹ ਵੀ ਖਦਸ਼ਾ ਹੈ ਕਿ ਖਪਤ ਵਧਣ ਦੀ ਸੰਭਾਵਨਾ ਕਿਉਂਕਿ ਸਾਡੇ ਅੰਕੜਿਆਂ ਦੇ ਅਨੁਸਾਰ ਵੱਡੀ ਗਿਣਤੀ ਖਪਤਕਾਰ ਪ੍ਰਤੀ ਮਹੀਨਾ 150 ਯੂਨਿਟ ਖਪਤ ਕਰਦੇ ਸੀ ਜੋ ਹੁਣ 300 ਯੂਨਿਟ ਪ੍ਰਤੀ ਮਹੀਨਾ ਖਪਤ ਕਰਨ ਦੀ ਕੋਸ਼ਿਸ਼ ਕਰਨਗੇ ਇਸ ਤੋਂ ਇਲਾਵਾ ਹੋਰ 300 ਯੂਨਿਟ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਸਲੈਬ ਦੇ ਹੇਠਾਂ ਵੀ ਆ ਸਕਦੇ ਨੇ ਪੀਐਸਪੀਸੀਐਲ ਦੇ ਉੱਚ ਪਦਰੀ ਸੂਤਰਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਅਧਿਕਾਰੀਆਂ ਨੇ ਵੱਖ-ਵੱਖ ਵਕਲਪਾਂ ਤੇ ਵਿਚਾਰ ਕਰਦੇ ਹੋਏ ਇੱਕ ਪਰਵਰਤਨਸ਼ੀਲ ਸਬਸਿਡੀ ਸਕੀਮ ਵੀ ਤਿਆਰ ਕਰ ਲਈ ਹੈ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ